ਛੋਟੀ ਬੱਚੀ ਜਿਹੜੀ ਆ ਉਹ 15 ਸਾਲ ਦੀ ਹੈ, ਉਹਦੇ ਉੱਤੇ ਜਾਣੀ ਕਿ ਜਾਨਲੇਵਾ ਉਹਨਾਂ ਦੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ। ਕਰਮ ਨਹੀਂ ਕੋਈ ਹੈਗੀ ਵੀਰ ਜੀ, ਮੈਂ ਤਾਂ ਆਪਣੀ ਮਹਾਂ ਜਾਨ ਭੱਜ ਕੇ ਬਚਾਈ ਹੈ। ਹੱਥ ਵਿੱਚ ਖੂਨ ਨਾਲ ਭਰੇ ਕੱਪੜੇ ਅਤੇ ਚਿਹਰੇ 'ਤੇ ਉਦਾਸੀ ਅਤੇ ਦਿਲ ਵਿੱਚ ਡਰ ਲੈ ਕੇ ਆਪਣਾ ਦਰਦ ਬਿਆਨ ਕਰ ਰਹੇ ਇਹ ਲੋਕ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਉੱਠੀਆਂ ਦੇ ਹਨ। ਦਰਅਸਲ ਵਿੱਚ ਇਸੇ ਪਿੰਡ ਦੇ ਕੁਝ ਲੋਕਾਂ ਵੱਲੋਂ ਆਪਣੀ ਪੁਰਾਣੀ ਰੰਜਿਸ਼ 'ਤੇ ਚੱਲਦਿਆਂ ਆਪਣੇ 15-20 ਅਣਪਛਾਤੇ ਸਾਥੀਆਂ ਨਾਲ ਇਹਨਾਂ ਦੇ ਘਰ ਹਮਲਾ ਕਰ ਦਿੱਤਾ ਅਤੇ ਘਰ ਦੇ ਸਮਾਨ ਦੀ ਤੋੜਭੰਨ ਕੀਤੀ ਅਤੇ ਇੱਟਾਂ ਰੋੜੇ ਵੀ ਮਾਰੇ। ਘਰ 'ਚ ਛੋਟੀ ਕੁੜੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਇਹ ਸਭ ਇਲਜ਼ਾਮ ਲਗਾ ਰਹੇ ਨੇ ਇਹ ਲੋਕ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਕਿਹਾ ਕਿ ਇਹਨਾਂ ਦੇ ਲੜਕੇ ਲਵਪ੍ਰੀਤ ਦਾ ਦੂਜੀ ਧਿਰ ਵਾਲਿਆਂ ਦੀ ਨੂੰਹ ਨਾਲ ਕੋਈ ਗੱਲਬਾਤ ਸੀ ਜਾਂ ਨਹੀਂ, ਇਸ ਗੱਲ ਦਾ ਤਾਂ ਉਹਨਾਂ ਨੂੰ ਵੀ ਨਹੀਂ ਪਤਾ। ਪਰ ਦੂਜੀ ਧਿਰ ਦੇ ਲੋਕਾਂ ਨੇ ਹਮਲਾ ਕਰਨ ਵਾਲੇ ਇਹ ਆਰੋਪ ਲਗਾਏ ਕਿ ਪੀੜਿਤ ਪਰਿਵਾਰ ਦਾ ਲੜਕਾ ਲਵਪ੍ਰੀਤ ਸਿੰਘ ਉਹਨਾਂ ਦੀ ਨੂੰਹ 'ਤੇ ਗਲਤ ਨਿਗਾਹ ਰੱਖਦਾ ਸੀ, ਜਿਸ ਦੇ ਕਰਕੇ ਦੂਜੀ ਧਿਰ ਦੇ ਲੋਕਾਂ ਵੱਲੋਂ ਇਹਨਾਂ ਘਰ ਹਮਲਾ ਕਰਕੇ ਉਹਨਾਂ ਲੜਕੇ ਲਵ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜੋ ਕਿ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਹੈ। ਉਸਦੀ ਹਾਲਤ ਵੀ ਕਾਫ਼ੀ ਸੀਰੀਅਸ ਹੈ। ਪਰਿਵਾਰ ਵਾਲਿਆਂ ਕਿਹਾ ਕਿ ਅਗਰ ਸਾਡੇ ਮੁੰਡੇ ਨੇ ਕੁਝ ਇੱਦਾਂ ਦੀ ਗਲਤ ਹਰਕਤ ਕੀਤੀ ਵੀ ਹੈ ਤਾਂ ਦੂਜੀ ਧਿਰ ਵਾਲੇ ਸਾਨੂੰ ਆ ਕੇ ਮਿਲਦੇ ਜਾਂ ਪੁਲਿਸ ਨੂੰ ਦਰਖਾਸਤ ਦਿੰਦੇ, ਪਰ ਇੱਦਾਂ ਘਰ ਆ ਕੇ ਕੁੱਟਮਾਰ ਕਰਨੀ ਅਤੇ ਉਹਨਾਂ ਦੀ ਛੋਟੀ ਕੁੜੀ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰਨੀ ਕਿੱਥੋਂ ਦਾ ਇਨਸਾਫ ਹੈ। ਝਗੜਾ ਹੋਇਆ ਸੀ ਵੀਰ ਜੀ, ਮੇਰੇ ਬ੍ਰਦਰ ਦਾ ਝਗੜਾ ਸੀ, ਇਸ ਕਰਕੇ ਜ਼ਬਰਦਸਤੀ ਆਏ, ਜ਼ਬਰਦਸਤੀ ਮੈਨੂੰ ਫੜਨ ਪੈਂਦੇ ਸੀ, ਜ਼ਬਰਦਸਤੀ ਕਰਦੇ ਸੀ ਮੇਰੇ ਨਾਲ ਵੀ। ਕਿੰਨੇ ਜਾਣੇ ਸੀ ਅਤੇ ਤੁਹਾਡੇ ਘਰ 'ਚ ਕੌਣ ਕੌਣ ਸੀ ਜਦੋਂ ਇਹ ਝਗੜਾ ਆਇਆ? ਉਹ ਵੀਰ ਜੀ ਬਹੁਤ ਜਾਣੇ ਸੀ, ਤਾਂ ਦੱਸ ਵੀ ਨਹੀਂ ਸਕਦੇ, 20-25 ਜਾਣੇ ਸੀ। ਅਤੇ ਸਾਡੇ ਘਰ 'ਚ ਬਸ ਮੇਰੀ ਮੰਮੀ, ਮੇਰੀ ਭਾਬੀ ਸੀ, ਇੱਕ ਬ੍ਰਦਰ ਸੀ, ਅਸੀਂ ਕੀ ਕਰ ਸਕਦੇ ਸੀ। ਚਾਰ ਕੋਠੇ ਟੱਪ ਕੇ ਚੌਥੇ ਘਰ ਜਾ ਕੇ ਮੇਰੇ ਵੀਰ ਨੂੰ ਕੁੱਟਿਆ ਨਾ, ਉਹ ਵੀ ਇਹਨਾਂ ਮੰਜੀ ਥੱਲੋਂ ਕੱਢ ਕੇ ਫਿਰ ਮਾਰਿਆ। ਕੋਈ ਹਥਿਆਰ ਵਗੈਰਾ ਵੀ ਸੀ ਉਹਨਾਂ ਕੋਲ? ਨਹੀਂ ਵੀਰ ਜੀ, ਹਥਿਆਰ ਵਗੈਰਾ ਡੰਡੇ ਡੁੰਡੇ ਵੀਰ ਜੀ ਜ਼ਰੂਰ ਹੈਗੇ ਸਾਡੇ ਘਰੋਂ ਵੀਰ ਜੀ, ਡੰਡਾ ਫੜ ਕੇ ਉਹਦੇ ਉਹ ਪੈਪਣਾ ਮਾਰਿਆ। ਇਸ ਟਾਈਮ ਤੁਹਾਡੇ ਵੀਰ ਕਿੱਥੇ ਨੇ? ਇਸ ਟਾਈਮ ਸਾਡੇ ਵੀਰ ਹਸਪਤਾਲ ਨੇ, ਗੁਰੂ ਨਾਨਕ ਹਸਪਤਾਲ। ਕਿੰਨਾ ਕੁ ਖਤਰਾ ਹੈ ਤੁਹਾਨੂੰ? ਸੀਰੀਅਸ ਬਹੁਤ ਜ਼ਿਆਦਾ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ। ਤੁਹਾਨੂੰ ਕਿੰਨਾ ਕੁ ਖਤਰਾ ਹੈਗਾ? ਮੈਨੂੰ ਬਹੁਤ ਜ਼ਿਆਦਾ ਵੀਰ ਖਤਰਾ, ਮੈਨੂੰ ਤਾਂ, ਮੈਂ ਤਾਂ ਸਕੂਲ ਨਹੀਂ ਜਾਂਦੀ, ਮੇਰੀ ਪੜ੍ਹਾਈ ਖਰਾਬ ਹੋਣ ਡਈ ਆ। ਇਹੋ ਜਾਂਦੇ ਸਾਡੀ ਨੂੰਹ ਵੱਲ ਵਿੰਦਾ ਜਾਂਦਾ ਆਉਂਦਾ ਵਾ, ਅਤੇ ਅਸੀਂ ਤਾਂ ਹੁਣ ਆਪਣੇ ਘਰ ਹਨ ਤਾਂ ਕੁਛ ਪਤਾ ਨਹੀਂ ਕੀ ਕੀਤੀ ਅੱਧੇ ਕੀ ਨਹੀਂ ਕਰਦੇ। ਫਿਰ ਰਾਤ ਗੱਲ ਹੋਈ, ਰਾਤ ਗੱਲ ਹੋਈ ਨਹੀਂ ਬੜੀ, ਦਿਨੇ 8:30 ਦਾ ਟਾਈਮ ਹੈ, ਫਿਰ ਇਹਨਾਂ ਨੇ ਗੱਲ ਆਪ ਛੇੜ ਦਿੱਤੀ ਆ। ਸਾਡੇ ਮੁੰਡੇ ਦਾ 'ਚ ਕੋਈ ਗੁਨਾਹ ਨਹੀਂ ਹੈਗਾ। ਕਿੰਨੀ ਗੱਲ ਛੇੜੀ ਆ ਜੀ, ਕੀ ਨਾਂ ਹੈ? ਉਹਨਾਂ ਦੀਆਂ 2 ਜਨਾਨੀਆਂ ਹੁੰਦੇ ਘਰ ਦੀਆਂ, ਅਤੇ ਉਹਨਾਂ ਨੇ ਮੁੜ ਕੇ ਉਹ ਬੋਲਣ ਬੋਲਣ ਡਿਆ ਪਿਆ, ਅਸੀਂ ਉੱਥੇ ਖਲੋਤੇ ਹਾਂ, 3-4 ਜਣਿਆਂ ਦੇ ਘਰ 'ਚ ਕੋਈ ਜੀ ਨਹੀਂ ਹੈਗਾ ਵੀ ਇੱਕ ਮੇਰੀ ਬੇਟੀ ਆ। ਲੜਾਈ ਹੋਈ ਕਿੱਥੇ ਸੀ? ਹਾਂਜੀ ਲੜਾਈ ਹੋਈ ਕਿੱਥੇ ਸੀ? ਇਹ ਹੋਈ ਘਰੇ ਆਣ ਕੇ ਆ ਗਏ। ਕਿੰਨੇ ਜਣੇ ਆਏ ਸੀ? 20-25 ਜਣੇ ਆਏ। ਹਥਿਆਰ ਵਗੈਰਾ ਵੀ ਸੀ ਇਹਨਾਂ ਦੇ? ਨਾ ਨਾ, ਡੰਡੇ ਸੋਟੇ ਹੈਗੇ ਸੀ, ਕੁਛ ਰੋਟਾਂ ਉਟਾਂ ਮਾਰਦੇ ਰਹੇ, ਰੋੜੇ ਰਾੜੇ ਮਾਰਦੇ ਰਹੇ। ਕਿੰਨੇ ਤੁਹਾਡੇ ਕਿੰਨੇ ਜਣੇ ਦੇ ਸੱਟਾਂ ਲਗਾਈਆਂ ਇਹਨਾਂ ਨੇ? ਸਾਡੀ ਗੁੜੀਆਂ ਨੂੰ ਖੜਦੇ ਰਹੇ, ਖਿੱਚ ਖਿੱਚ ਕੇ ਮੇਰੀ ਨੂੰ, ਅਤੇ ਮੈਂ ਗੁੜੀਆਂ ਮੇਰੀ ਭੱਜ ਕੇ ਮੁੜ ਕੇ ਆਪਣੇ ਚਾਚੇ ਵੱਲ ਰੁਕੀ ਆ ਵੀ ਮੈਨੂੰ ਮੇਰੀ ਇੱਜ਼ਤ ਨੂੰ ਪੈ ਕੇ ਮੈਨੂੰ ਕੁਛ ਗਲਤ ਕੰਮ ਨਾ ਮੇਰੇ ਨਾਲ ਹੋ ਜਾਵੇ। ਮੈਂ ਆਪਣੇ ਝਗੜਾ ਸੀ, ਉਹ ਮੁੰਡਾ ਕਿੱਥੇ ਆ? ਉਹ ਮੁੰਡਾ ਹੋਸਪਿਟਲ ਆ, ਉਹ ਬੜਾ ਸੀਰੀਅਸ, ਉਹ ਤਾਂ ਬੋਲਦਾ ਨਹੀਂ ਅਜੇ ਤੱਕ। ਹਾਂਜੀ, ਹਫ਼ਤਾ ਹੋ ਗਿਆ ਸਵੇਰੇ। ਤੁਸੀਂ ਕੋਈ ਦਰਖਾਸਤ ਦਿੱਤੀ ਇਹਦੇ ਬਾਰੇ? ਹਾਂਜੀ ਦਿੱਤੀ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਠੀਕ ਆ, ਹੁਣ ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਹੁਣ ਇਹੋ ਆਉਂਦੇ ਵੀ ਸਾਡਾ ਕੋਈ ਸੁਣਨਾ ਚਾਹੀਦਾ, ਸਾਡੇ ਕੋਲ ਹੁਣ ਕਿਸੇ ਬੰਨੇ ਸਾਨੂੰ ਇਨਸਾਫ਼ ਚਾਹੀਦਾ ਵਾ। ਅਤੇ ਪੀੜਿਤ ਪਰਿਵਾਰ ਦੀ ਮਦਦ ਲਈ ਅੱਗੇ ਆਏ ਵਾਲਮੀਕ ਸੰਸਥਾ ਦੇ ਚੇਅਰਮੈਨ ਵੀਰ ਨੇ ਛੱਤਰਨਾਥ ਸ਼ੇਰਗਿੱਲ ਨੇ ਕਿਹਾ ਕਿ ਮੈਂ ਇੱਥੇ ਮੌਕੇ 'ਤੇ ਆਇਆ ਅਤੇ ਪੀੜਿਤ ਪਰਿਵਾਰ ਦੀ ਗੱਲ ਸੁਣੀ ਹੈ ਅਤੇ ਵਜ੍ਹਾ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਪੀੜਿਤ ਪਰਿਵਾਰ ਦੇ ਲੜਕੇ 'ਤੇ ਕੁਝ ਗਲਤ ਇਲਜ਼ਾਮ ਲੱਗੇ ਸੀ।
ਜਿਸ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋਈ। ਹਜੇ ਤੱਕ ਵੀਰ ਨਛੱਤਰ ਨਾਲ ਸ਼ੇਰਗਿੱਲ ਨੇ ਅੱਗੇ ਕਿਹਾ ਕਿ ਅਗਰ ਇੱਦਾਂ ਦੀ ਕੋਈ ਗੱਲ ਹੈ ਵੀ ਸੀ ਤਾਂ ਦੂਜੀ ਧਿਰ ਨੂੰ ਪੁਲਿਸ ਕੰਪਲੇਂਟ ਕਰਨੀ ਚਾਹੀਦੀ ਸੀ, ਨਾ ਕਿ ਉਹਨਾਂ ਦੇ ਪਰਿਵਾਰ 'ਤੇ ਹਮਲਾ ਕਰਨਾ ਚਾਹੀਦਾ ਸੀ। ਅਤੇ ਅੱਗੇ ਉਹਨਾਂ ਕਿਹਾ ਕਿ ਅਗਰ ਪੀੜਿਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸਾਡੀ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੇਕਰ ਸੜਕਾਂ 'ਤੇ ਉਤਰਨਾ ਪਿਆ ਤਾਂ ਅਸੀਂ ਜ਼ਰੂਰ ਉਤਰਾਂਗੇ। ਮੈਂ ਉੱਠੀਆਂ ਪਿੰਡ ਦੇ ਵਿੱਚ ਆਇਆ ਸਪੋਟ 'ਤੇ ਮੌਕੇ 'ਤੇ, ਸੋ ਮੈਨੂੰ ਪਤਾ ਲੱਗਾ ਕਿ ਇੱਥੇ ਇੱਕ ਛੋਟੀ ਬੱਚੀ ਜਿਹੜੀ ਆ ਉਹ 15 ਸਾਲ ਦੀ ਹੈ, ਉਹਦੇ ਉੱਤੇ ਯਾਨੀ ਕਿ ਜਾਨਲੇਵਾ ਉਹਨਾਂ ਦੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ। ਵਜ੍ਹਾ ਰੰਜਿਸ਼ ਇਹ ਸੀਗੀ ਕਿ ਉਹਨਾਂ ਦੇ ਬੇਟੇ ਦੇ ਉੱਤੇ ਕੋਈ ਪਰਿਵਾਰ ਇਲਜ਼ਾਮ ਲਾ ਰਿਹਾ ਹੈ ਕਿ ਸਾਡੀ ਨੂੰਹ ਵੱਲ ਜਾਂ ਕਿੱਦਾਂ ਵੀ, ਜੇ ਕੋਈ ਵੀ ਸੀਗੀ ਇਹੋ ਜਿਹੀ ਗੱਲ ਤਾਂ ਉਹ ਅਜੇ ਪਿੰਡ ਦੇ ਸਰਪੰਚ ਜਾਂ ਮੋਤਵਾਰ ਜਾਂ ਥਾਣੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਇਹ ਸ਼ਰੇਆਮ ਇਹਨਾਂ ਦੇ ਘਰ ਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ, ਇੱਥੇ ਲੜਕੀ ਛੋਟੀ ਬੱਚੀ ਨੂੰ ਧੂ ਕੇ ਉਹਦੀ ਇੱਜ਼ਤ ਨੂੰ ਹੱਥ ਪਾਇਆ ਗਿਆ, ਉਹਨਾਂ ਦੇ ਘਰ ਆ ਕੇ ਡਾਂਗਾਂ ਸੋਟੇ ਲੈ ਕੇ ਅਤੇ ਜਿਹੜਾ ਆ ਉਹਨਾਂ ਦੇ ਘਰ ਹਮਲਾ ਕੀਤਾ ਗਿਆ। ਇਹਦੀ ਮੈਂ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਅਤੇ ਮੈਂ ਅੱਜ ਦੱਸਣਾ ਚਾਹੁੰਦਾ ਕਿ ਜਿਹੜਾ ਬੇਟਾ ਜਿਹੜਾ ਬੱਚਾ ਜਿਹਦੇ ਉੱਤੇ ਇਲਜ਼ਾਮ ਲਾਇਆ ਜਾ ਰਿਹਾ ਸੀਗੇ ਉਹਨੂੰ ਬਹੁਤ ਜ਼ਿਆਦਾ ਸੱਟਾਂ ਲਾਈਆਂ, ਬਹੁਤ ਜ਼ਿਆਦਾ ਸੀਰੀਅਸ ਆ, ਉਹ ਹਸਪਤਾਲ ਦੇ ਵਿੱਚ ਹੈਗਾ, ਪਰ ਅਜੇ ਤੱਕ ਪ੍ਰਸ਼ਾਸਨ ਨੇ ਢਿੱਲੀ ਕਾਰਗੁਜ਼ਾਰੀ ਇੰਨੀ ਹੈ ਕਿ ਅਜੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ। ਇੱਕ ਛੋਟੀ ਬੱਚੀ ਦੇ ਨਾਲ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ, ਉਹਨੂੰ ਧੂ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਆ, ਪਰ ਪ੍ਰਸ਼ਾਸਨ ਨੇ ਇਹਦੇ ਉੱਤੇ ਕੋਈ ਸੀਰੀਅਸ ਨਹੀਂ ਲਿਆ ਹੈਗਾ ਅਤੇ ਕੋਈ ਕਾਰਵਾਈ ਜਿਹੜੀ ਸਖ਼ਤ ਉਹ ਕੀਤੀ ਨਹੀਂ। ਜੇ ਹਜੇ ਵੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੇਗਾ ਤਾਂ ਤੁਹਾਡੀ ਜਿਹੜੀ ਕਮੇਟੀ ਉਹਦੇ ਵੱਲੋਂ ਕੋਈ ਸਖ਼ਤ। ਮੈਂ ਦੱਸਣਾ ਚਾਹੁੰਦਾ ਕਿ ਗੁਰੂ ਗਿਆਨਾ ਵਾਲਮੀਕ ਧਰਮ ਸਮਾਜ ਜਿੱਥੇ ਵੀ ਕਿਸੇ ਵੀ ਗਰੀਬ ਪਰਿਵਾਰ ਨਾਲ, ਕਿੱਥੇ ਵੀ ਆਸੀ ਜਾਂ ਸਟੂਲ ਕਾਸਟ ਪਰਿਵਾਰ ਨਾਲ ਜਾਂ ਕਿਸੇ ਵੀ ਧੀ ਭੈਣ ਦੇ ਨਾਲ ਕੋਈ ਇਹੋ ਜਿਹਾ ਧੱਕੇਸ਼ਾਹੀ ਹੋਏਗੀ ਤਾਂ ਉਸਦਾ ਅੰਗੇਸਟ ਜਿਹੜਾ ਵੱਡੇ ਪੱਧਰ 'ਤੇ ਤਿੱਖਾ ਜਿਹੜਾ ਸੰਘਰਸ਼ ਕਰਾਂਗੇ ਅਤੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗੁਰੂ ਗਿਆਨਾ ਵਾਲਮੀਕ ਧਰਮ ਸਮਾਜ ਨੂੰ ਜੇ ਸੜਕਾਂ 'ਤੇ ਵੀ ਆਉਣਾ ਪਿਆ ਤਾਂ ਜ਼ਰੂਰ ਉਤਰਿਆ ਜਾਵੇਗਾ। ਜਦੋਂ ਇਸ ਸੰਬੰਧੀ ਰਾਜਾ ਸਾਂਸੀ ਦੇ ਥਾਣਾ ਮੁਖੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ 'ਚ ਨਹੀਂ ਹੈ। ਜਦਕਿ ਪੀੜਿਤ ਪਰਿਵਾਰ ਵੱਲੋਂ ਇਸ ਮਾਮਲੇ ਦੀ ਦਰਖਾਸਤ ਵੀ ਸੰਬੰਧਿਤ ਥਾਣੇ ਦੇ ਮੁਨਸ਼ੀ ਨੂੰ ਕੀਤੀ ਹੋਈ ਸੀ। ਹੈਲੋ, ਹੈਲੋ, ਹਾਂਜੀ, ਐਸ ਐਚ ਓ ਰਾਜਾ ਸਾਂਸੀ ਜੀ, ਪੱਤਰਕਾਰ ਗੱਲ ਕਰ ਰਹੇ ਹਾਂ ਜੀਵੇ ਪੰਜਾਬ ਚੈਨਲ ਤੋਂ ਜੀ। ਇੱਕ ਓਟੀਆਂ ਪਿੰਡ ਦਾ ਮਸਲਾ ਆਇਆ ਤੁਹਾਡੇ ਕੋਲ, ਲਵਪ੍ਰੀਤ ਜਿਹੜਾ 18 ਸਾਲਾਂ ਮੁੰਡਾ ਗੁਰੂ ਨਾਨਕ ਹੋਸਪਿਟਲ ਦਾਖਲ ਹੈ, ਕੁੱਟਮਾਰ ਹੋਈ, ਘਰਦਿਆਂ ਦਾ ਕਹਿਣਾ ਜੀ ਰਾਜਾ ਸਾਂਸੀ ਦਰਖਾਸਤ ਦਿੱਤੀ ਹੈ। ਮੈਂ ਕਿਹਾ ਮੇਰੇ ਕੋਲ ਹੈ ਹੀ ਕੋਈ ਨਹੀਂ, ਮੈਨੂੰ ਫੋਨ ਨਹੀਂ ਆਇਆ ਸੀ, ਉੱਥੇ ਮੈਂ ਥਾਣੇਦਾਰ ਕੋਲ ਗਿਆ, ਉੱਥੇ ਉਹ ਥਾਣੇਦਾਰ ਪਤਾ ਨਹੀਂ ਕਿਹੜਾ ਗਿਆ, ਸਾਰੇ ਮੇਰੇ ਥਾਣੇ ਪਰ ਥਾਣੇ ਆ, ਮੈਨੂੰ ਪਰਸਨਲ ਮੈਟਰ ਦੀ ਨੋਟਿਸ ਨਹੀਂ ਹੈਗਾ। ਅੱਛਾ ਜੀ, ਕਿਹੜਾ ਹੈ, ਕੋਈ ਹੋਰ ਬਾਹਰ ਦੀ ਪੁੱਛ ਨਹੀਂ ਗਈ, ਕੌਣ ਗਿਆ, ਮੈਨੂੰ ਤਾਂ ਪਤਾ ਹੀ ਕੋਈ ਨਹੀਂ ਇਹਦੇ ਬਾਰੇ। ਸਾਨੂੰ ਵੀ ਇਹੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਕਿ ਰਿਪੋਰਟ ਲਿਖਾਏ ਆ ਥਾਣੇ ਜਾ ਕੇ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕੀ ਕਾਰਵਾਈ ਕੀ ਹੈ, ਕੀ ਗੱਲ ਕੀ ਹੋਈ, ਕਾਰਵਾਈ ਤਾਂ ਹੋਊਗੀ, ਸਾਰੀ ਫੋਰਸ ਇੱਥੇ ਮਿੱਟੇ ਨੇ, ਫੋਰਸ ਸਾਰੀ ਬਾਹਰ ਆ। ਅੱਛਾ ਅੱਛਾ, ਗੱਲ ਇੱਦਾਂ ਸੀ ਕਿ ਉਹਨਾਂ ਦੇ ਮੁੰਡੇ ਦਾ ਕਿਸੇ ਹੀ ਵਿਆਹਤਾ ਜਨਾਨੀ ਨਾਲ ਕੋਈ ਗੱਲ ਹੈਗੀ ਸੀ ਜਾਂ ਨਹੀਂ ਸੀ, ਉਸ ਚੱਕਰ ਦਾ ਘਰਦਿਆਂ ਨੂੰ ਨਹੀਂ ਪਤਾ, ਅਤੇ ਉਸ ਜਨਾਨੀ ਦੇ ਘਰ ਦੇ ਆ ਕੇ ਮੁੰਡੇ ਦੇ ਘਰ ਪੈ ਗਏ ਆ ਅਤੇ ਉਹਨਾਂ ਦੀਆਂ ਜਨਾਨੀਆਂ ਨਾਲ ਕੁੱਟਮਾਰ ਕੀਤੀ ਅਤੇ ਮੁੰਡਾ ਵੀ ਕੁੱਟਿਆ ਅਤੇ ਮੁੰਡਾ ਗੁਰੂ ਨਾਨਕ ਹੋਸਪਿਟਲ ਦਾਖਲ ਹੈਗਾ ਜੇ, ਹੈ ਨਾ। ਉਹ ਤੁਸੀਂ ਵੇਖੋ ਜੀ, ਸਾਡੇ ਕੋਲ ਮੈਟਰ ਆਇਆ, ਅਸੀਂ ਤਾਂ ਇਨਵੈਸਟੀਗੇਸ਼ਨ ਕਰਾਂਗੇ, ਸਾਡੇ ਕੋਲ ਆਊਗੀ ਰਿਜ਼ਲਟ ਆਊਗਾ, ਕੋਈ ਅਸੀਂ ਜਾਵਾਂਗੇ ਕਾਰਵਾਈ ਕਰਾਂਗੇ। ਠੀਕ ਹੈ ਜੀ, ਸਾਡੇ ਨੋਟਸ ਦੀ ਕੋਈ ਗੱਲ ਨਹੀਂ ਹਜੇ ਹੈਗੀ। ਚਲੋ ਠੀਕ ਹੈ ਜੀ, ਖਬਰ ਲੈਣੀ ਸੀ ਆਪਾਂ, ਮੈਂ ਤੁਹਾਡੇ ਨਾਲ ਗੱਲ ਕਰ ਲਈ ਥੋੜ੍ਹੀ ਜਿਹੀ। ਨਹੀਂ, ਸਾਡੇ ਨੋਟਸ ਹੀ ਕੋਈ ਨਹੀਂ ਹੈ। ਓਕੇ ਜੀ, ਹੁਣ ਦੇਖਣਾ ਇਹ ਹੋਵੇਗਾ ਕਿ ਪਰਿਵਾਰ ਨੂੰ ਇਨਸਾਫ ਇਹਨਾਂ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ 'ਤੇ ਮਿਲਦਾ ਜਾਂ ਇਹਨਾਂ ਨੂੰ ਵੀ ਬਾਕੀਆਂ ਵਾਂਗ ਇਨਸਾਫ ਲੈਣ ਲਈ ਧਰਨੇ ਲਾਉਣੇ ਪੈਣਗੇ।
ਪੱਤਰਕਾਰਾਂ ਦੀ ਫੋਨ ਤੇ ਥਾਣਾ ਮੁਖੀ ਨਾਲ ਗੱਲ ਹੋਈ ਤੇ ਥਾਣਾ ਮੁਖੀ ਕੋਈ ਕਾਰਵਾਈ ਕਰਦਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ। ਅੰਮ੍ਰਿਤਸਰ ਤੋਂ ਸਨੀ ਮਹਿਰਾ ਤੇ ਸਨੀ ਸਹੋਤਾ, ਜੀਵੇ ਪੰਜਾਬ ਟੀਵੀ।